ਤਾਂ ਪੁਲ ਦੀ ਦੀਵਾਰ ਤੇ ਚੜੀ ਕਾਰ ਘਰੋਂ ਝੂਠ ਬੋਲ ਕੇ ਨਿਕਲਿਆ ਮੁੰਡਾ, ਹਾਦਸੇ ਦਾ ਹੋਇਆ ਸ਼ਿਕਾਰ। ਬੇਫਿਕਰ ਹੋ ਕੇ ਬੈਠੇ ਸੀ ਮਾਪੇ, ਕਿਉਂਕਿ ਮਾਪਿਆਂ ਨੂੰ ਕਹਿ ਕੇ ਗਿਆ ਸੀ ਕਿ ਮੈਂ ਹਾਲੇ ਕਰਿਆਨੇ ਦੀ ਦੁਕਾਨ ਤੇ ਜਾ ਕੇ ਆਉਣਾ, ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਆਪਣੇ ਯਾਰਾਂ ਦੋਸਤਾਂ ਦੇ ਨਾਲ ਇਹ ਨੌਜਵਾਨ 17 ਸਾਲਾਂ ਦਾ ਮੁੰਡਾ ਘੁੰਮਣ ਨਿਕਲ ਗਿਆ ਏ, ਉਹ ਵੀ ਗੱਡੀ ਦੇ ਵਿੱਚ। ਤਾਂ ਤੇਜ਼ ਰਫ਼ਤਾਰ ਗੱਡੀ ਆਉਂਦੀ ਹੈ, ਪੁਲ ਤੇ ਦੀਵਾਰ ਦੇ ਨਾਲ ਟੱਕਰ ਆਉਂਦੀ ਹੈ। ਪੁਲ ਦੇ ਉੱਤੇ ਟਾਇਰਾਂ ਦੇ ਨਿਸ਼ਾਨ ਵੀ ਦੇਖ ਸਕਦੇ ਹੋ, ਪੁਲ ਦੀ ਦੀਵਾਰ ਦੇ ਉੱਤੇ ਟਾਇਰਾਂ ਦੇ ਨਿਸ਼ਾਨ ਨੇ, ਤਾਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਹੋਇਆ। ਇੱਕ ਗੱਡੀ ਦੇ ਵਿੱਚ 5 ਲੋਕ ਸਵਾਰ ਸਨ, ਉਹਨਾਂ ਦੇ ਵਿੱਚੋਂ ਇੱਕ 17 ਸਾਲ ਦਾ ਨੌਜਵਾਨ ਜਿਸਦੀ ਦਰਦਨਾਕ ਮੌਤ ਹੋ ਗਈ ਹੈ। ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਸੀ, 11ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ। 10:30 ਵਜੇ ਦੇ ਕਰੀਬ ਰਾਤ ਇਹ ਹਾਦਸਾ ਹੋਇਆ, ਤਾਂ i20 ਤੇਜ਼ ਰਫ਼ਤਾਰ ਜਿਹੜੀ ਕਾਰ ਸੀ ਉਸਦਾ ਹਾਲ ਦੇਖੋ ਕੀ ਹੋਇਆ ਹੈ। ਇਸ ਕਾਰ ਦੇ ਵਿੱਚ ਕੁੱਲ 5 ਲੋਕ ਸਵਾਰ ਸਨ, ਜਿਨ੍ਹਾਂ ਦੇ ਵਿੱਚੋਂ 2 ਨੂੰ ਗੰਭੀਰ ਸੱਟਾਂ ਲੱਗੀਆਂ ਅਤੇ 3 ਮਾਮੂਲੀ ਫੱਟੜ ਹੋਏ ਨੇ। 2 ਦੇ ਵਿੱਚੋਂ 1 ਦੀ ਮੌਤ ਹੋ ਗਈ ਅਤੇ 4 ਦਾ ਇਲਾਜ ਚੱਲ ਰਿਹਾ ਹੈ। ਤਾਂ ਕੁੱਲ ਮਿਲਾ ਕੇ 5 ਬੱਚੇ ਇਸ ਕਾਰ ਦੇ ਵਿੱਚ ਸਵਾਰ ਸਨ। ਤਾਂ ਵੱਡਾ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ 17 ਸਾਲਾਂ ਦਾ ਨੌਜਵਾਨ ਜਿਸਦੀ ਮੌਤ ਹੋ ਗਈ ਹੈ, ਉਸਦੇ ਮਾਪਿਆਂ ਨੂੰ ਝੂਠ ਬੋਲ ਕੇ ਉਹ ਗਿਆ ਸੀ। ਆਪਣੇ ਮਾਪਿਆਂ ਨੂੰ ਝੂਠ ਬੋਲਿਆ ਉਸਨੇ ਕਿ ਮੈਂ ਹੁਣੇ ਆ ਰਿਹਾ, ਪਰ ਉਹ ਨਿਕਲ ਕਿਤੇ ਦੂਰ ਗੇੜੀ 'ਤੇ ਗਿਆ, ਜਿਸ ਕਰਕੇ ਤੇਜ਼ ਰਫ਼ਤਾਰ ਸੀ। ਮੁੰਡੇ ਬੈਠੇ ਸੀ, ਗਾਣੇ ਚੱਲਦੇ ਪਏ ਸੀ, ਤਾਂ ਤੇਜ਼ ਰਫ਼ਤਾਰ ਸੀ ਗੱਡੀ 'ਤੇ, ਬੈਲੈਂਸ ਵਿਗੜ ਜਾਂਦਾ ਹੈ ਨੌਜਵਾਨ ਦਾ ਅਤੇ ਗੱਡੀ ਜਾ ਕੇ ਸਿੱਧਾ ਡਿਵਾਈਡਰ ਦੇ ਨਾਲ ਟਕਰਾਉਂਦੀ ਹੈ। ਪੁਲ ਦੀ ਦੀਵਾਰ ਵੀ ਕਹਿ ਸਕਦੇ, ਉਸ 'ਤੇ ਗੱਡੀ ਚੜ੍ਹ ਜਾਂਦੀ ਹੈ, ਜਿਸ ਤੋਂ ਬਾਅਦ ਗੱਡੀ ਦੀਆਂ ਕਲਾਬਾਜ਼ੀਆਂ ਪੈ ਜਾਂਦੀਆਂ ਨੇ ਅਤੇ ਵਿੱਚ ਬੈਠੇ ਮੁੰਡੇ ਜ਼ਖਮੀ ਹੋ ਜਾਂਦੇ ਨੇ ਅਤੇ 1 ਦੀ ਮੌਤ ਹੋ ਜਾਂਦੀ ਹੈ। ਤਾਂ ਬੇਹੱਦ ਭਿਆਨਕ ਇਹ ਹਾਦਸਾ, ਭਾਵੁਕ ਕਰਨ ਦੇਣ ਵਾਲੀਆਂ ਤਸਵੀਰਾਂ, ਕਿਉਂਕਿ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਸੀ, ਹਾਲੇ ਜਵਾਨ ਹੋ ਗਿਆ ਸੀ 17 ਸਾਲ ਦਾ। ਮਾਪਿਆਂ ਨੇ ਬੜੀ ਉਡੀਕ ਕੀਤੀ ਆਪਣੇ ਨੌਜਵਾਨ ਮੁੰਡੇ ਨੂੰ ਕਮਾਉਣ ਦਾ ਦੇਖ, ਜਾਂ ਹੋਰ ਉਸਦੇ ਸੁਪਨੇ ਪੂਰੇ ਕਰਨ ਦੇ ਲਈ ਮਾਪਿਆਂ ਨੇ 100 ਇੰਤਜ਼ਾਮ ਕੀਤੇ ਸੀ, ਪਰ ਉਹਨਾਂ ਨੂੰ ਭੋਗ ਨਹੀਂ ਪਾਇਆ ਉਹ ਮੁੰਡਾ, ਮੌਤ ਹੋ ਗਈ ਆ ਉਸਦੀ। ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ, ਪੂਰਾ ਟੱਬਰ ਹਸਪਤਾਲ ਪਹੁੰਚਦਾ ਹੈ। ਮੁੰਡੇ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਬਿਲਕ ਬਿਲਕ ਰੋਂਦਾ ਹੈ ਪੂਰਾ ਪਰਿਵਾਰ। ਦੇਖੋ ਇਹ ਤਸਵੀਰਾਂ ਜੋ ਜਲਾਲਾਬਾਦ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਸ਼੍ਰੀ ਮੁਕਤਸਰ ਸਾਹਿਬ ਰੋਡ ਉੱਤੇ ਰੇਲ ਓਵਰ ਬ੍ਰਿਜ ਕੋਲ ਹਾਦਸਾ। ਬਸ ਮੇਰੇ ਘਰੋਂ ਹੁਣੇ ਗਿਆ ਸੀਗਾ, ਥੋੜ੍ਹੀ ਦੇਰ ਹੋਈ ਹੈ ਕਿ ਮੈਂ ਫੋਨ ਕੀਤਾ, ਮੈਂ ਕਿਹਾ ਕਿੱਥੇ ਕਿ ਪਤਾ, ਕਹਿੰਦੇ ਵੀ ਆ ਜਿਹੜੀ ਬੱਚੇ ਪਿੰਡਾਂ ਜਾ ਗਿਆ, ਮੈਨੂੰ ਮੂੜ ਕਹਿੰਦਾ ਕੋ ਉਹਨੂੰ ਸੱਟ ਲੱਗ ਗਿਆ, ਇਤਿਹਾਸ ਵੀ ਕਿਹਾ ਤਾਂ ਉਹ ਗਿਆ ਸੀਗਾ। ਬਸ ਘਰੋਂ ਕਿਹਾ ਸੀ ਮੈਂ ਬਾਜ਼ਾਰ ਚੱਲਾ ਆ, ਨਾਲ ਗੁਆਂਢੀਆਂ ਦਾ ਮੁੰਡਾ ਵੀ ਸੀਗਾ, ਉਹ ਮੁੰਡਾ ਵਾ ਇਤਿਹਾਸ, ਉਹਨੂੰ ਨਾ ਹੋਰ ਕਿਤੇ ਦਾਖਲ ਕਰ ਦਿੱਤਾ, ਰੈਫਰ ਕਰਤਾ। 3 ਮੁੰਡੇ ਹੋਰ ਹੈਗੇ ਸੀਗੇ, 5 ਜਣੇ ਹੈਗੇ ਸੀ, ਜਿਹਨਾਂ ਨੂੰ ਪਤਾ ਨਹੀਂ ਕਿੱਥੇ ਰੈਫਰ ਕੀਤਾ। ਪਤਰ ਸੂ ਦਾ ਨਾਮ ਮੇਰਾ ਬੇਟਾ ਹੈ ਜੀ, 17 ਸਲੰਬਰ ਹੈ ਜੀ, ਕਲਾਸ 1 ਵਿੱਚ ਪੜ੍ਹਦਾ ਸੀ, ਕਲਾਸ 1 ਕਰ ਰਹੀ ਸੀ। ਕਹਿੰਦਾ ਕਰੂ ਗਿਆ ਮੋਟਰਸਾਈਕਲ 'ਤੇ ਗਿਆ, ਕੋਈ ਗੱਡੀ ਲੈ ਕੇ ਕਰੂ ਮੋਟਰਸਾਈਕਲ 'ਤੇ ਗਿਆ ਸੀ, ਉਹ ਕਿਸੇ ਮੋਟਰਸਾਈਕਲ 'ਤੇ ਕਰਦਾ ਮੋਟਰਸਾਈਕਲ ਨੂੰ ਲੈ ਗਿਆ, ਕਿਉਂਕਿ ਦੋਸਤਾਂ ਨਾਲ ਲੈ ਕੇ ਗੱਡੀ। ਇਹਨਾਂ ਮੈਨੂੰ ਪਤਾ ਹੈ ਇੱਕ ਮੁੰਡਾ ਗੁਆਂਢੀ ਦਾ, ਸਾਡੇ ਮੁੰਡਾ ਹੈ ਜੀ, ਨਾਲ ਹੀ ਇਕੱਠੇ ਰਹਿੰਦੇ ਆ, ਚਾਰ ਦੋਸਤ ਸਾਰੇ ਹੈਗੇ ਸੀ। ਇੱਕ ਮਹੱਲੇ ਦੀ ਗੱਡੀ ਸੀ, ਮਹੱਲੇ ਦੀ ਗੱਡੀ ਸੀ, ਉਹਨਾਂ ਦੀ ਮਹੱਲੇ ਦੀ ਗੱਡੀ ਸੀ, ਉਹਨੂੰ ਅਸੀਂ ਵੇਖਿਆ ਨਹੀਂ ਜੀ, ਸੱਟਾਂ ਲੱਗੀ ਕਿ ਨਹੀਂ, ਸਾਡਾ ਗੁਆਂਢੀ ਮੁੰਡੇ ਸੱਟ ਲੱਗੀ ਉਹਨੂੰ ਅਸੀਂ ਉਹ ਵੇਖਿਆ। ਮੇਰੇ ਇੱਕੋ ਹੀ ਬੇਟਾ ਸੀ, ਇੱਕੋ ਬੇਟਾ ਸੀ, ਗੁਰਦੀਪ ਦਾ ਮੁੰਡਾ ਜੀ, ਉਹਨਾਂ ਦੇ ਸੱਟ ਜ਼ਿਆਦਾ ਲੱਗਣ ਕਾਰਨ ਉਹਨਾਂ ਦੀ ਡੈਥ ਹੋ ਗਈ ਹੈ। ਇੱਕ ਮੁੰਡਾ ਸੀਗਾ ਜਿਹੜਾ ਉਹ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਅਤੇ ਬਾਕੀ ਜਿਹੜੇ 3 ਮੁੰਡੇ ਨੇ ਉਹ ਠੀਕ ਹੋ ਗਏ। ਇਹਨਾਂ ਦੀ 17 ਸਾਲ ਪਲੱਸ 1 ਕਰ ਗਿਆ ਸੀ ਜੀ, ਪਲੱਸ 2 ਦਾ ਵਿਦਿਆਰਥੀ।
ਐਕਚੁਅਲੀ ਪੂਰੀ ਕਲੀਅਰ ਇਨਫੋਰਮੇਸ਼ਨ ਨਹੀਂ ਆਈ ਜਿੱਦਾਂ ਪਤਾ ਲੱਗਦਾ। ਹਾਂਜੀ, ਇੱਕ ਰੈਫਰ ਕੀਤਾ ਗਿਆ ਜੀ ਉਹ ਫਰੀਦਕੋਟ ਨੌਜਵਾਨ। ਅੰਮ੍ਰਿਤ ਚੌਂਕ 'ਤੇ ਖੜਾ ਸੀਗਾ ਜੀ, ਅਤੇ ਮੈਨੂੰ ਕਿਸੇ ਰਾਹ ਜਾਂਦੇ ਨੇ ਦੱਸਿਆ ਵੀ ਇਸ ਤਰ੍ਹਾਂ ਮੋਟ ਐਕਸੀਡੈਂਟ ਹੋ ਗਿਆ। ਮੈਂ ਆ ਕੇ ਦੇਖਿਆ ਮੇਰੇ ਆਉਣ ਤੋਂ ਪਹਿਲਾਂ ਜਿਹੜਾ ਵੀ ਜ਼ਖਮੀ ਹੋਇਆ, ਕਹਿੰਦੇ ਵੀ ਹੋਸਪਿਟਲ ਲੈ ਗਏ ਹਾਂ। ਹੁਣ ਦੇਖਦੇ ਹਾਂ ਵੀ ਸਰ ਕਿੰਨੇ ਜਣੇ ਸੀਗੇ ਵਿੱਚ, ਕੀ ਮੈਟਰ ਨਾਲ ਚੱਲਿਆ, ਕਿਸੇ ਨਾਲ ਟੱਕਰ ਹੋਈ ਹੈ ਜਾਂ ਓਵਰ ਸਪੀਡ ਕਾਫੀ। ਪੰਜ ਜਣੇ ਦੱਸ ਰਹੇ, ਪੰਜ ਜਣੇ ਸੀਗੇ ਅਤੇ ਤਿੰਨ ਮੁੰਡੇ ਮੈਂ ਮੌਕੇ 'ਤੇ ਆ ਕੇ ਵੇਖੇ ਨੇ, ਮਾੜੀ ਮੋਟੀ ਸੱਟ ਸੀਗੀ, ਉਹ ਵੀ ਸ਼ਾਇਦ ਅੱਗੇ ਪਿੱਛੇ ਹੋ ਗਏ, ਅਤੇ ਦੋ ਨੂੰ ਕਹਿੰਦੇ ਹੋਸਪਿਟਲ ਲੈ ਕੇ ਅਸੀਂ ਰੁਕੇ ਹਾਂ। ਅਜੇ ਕਿਸੇ ਬੰਦੇ ਨੇ ਵੀ ਸਹੀ ਨਹੀਂ ਦੱਸਿਆ ਵੀ ਹਾਲਤ ਕੀ ਹੈ। ਆਪਾਂ ਹੁਣ ਸਰ ਸ਼ਾਮ ਫੀਟ ਕਰਦੇ ਹਾਂ, ਪਤਾ ਲੱਗ ਰਿਹਾ ਨੇ। ਇੱਕ ਵਹੀਕਲ ਰੁਕਿਆ, ਕਹਿੰਦਾ ਵੀ ਬਹੁਤ ਜ਼ਿਆਦਾ ਸਪੀਡ ਸੀਗੀ, ਕੱਟ ਮਾਰਿਆ, ਗੱਡੀ ਨਹੀਂ ਸੰਭਲੀ, ਆਪ ਜੀ ਕਹਿੰਦਾ ਫਿਰ ਬਾਜੀ ਨਾਲ। ਲੋਕਲ ਆਪਣੇ ਦੱਸੇ ਜਾ ਰਹੇ ਆ।